ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਇਸਤਰੀਆਂ ਪੁਰਸ਼ਾਂ ਦੇ ਵਿਹਾਰਕ ਵੱਖਰੇਵੇਂ ਦਾ ਅਗਲਾ ਹਿੱਸਾ ਇੱਕ ਇਸਤਰੀ ਨੇ ਆਪਣੇ ਪਤੀ ਨੂੰ ਕਿਹਾ ਸ਼ਾਮ ਵੇਲੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਪਤੀ ਨੇ ਕਿਹਾ ਹੁਣੇ ਦੱਸ ਦਿਓ ਨਹੀਂ ਵਿਸਥਾਰ ਚ ਦੱਸਣੀ ਹੈ ਪਤੀ ਨੇ ਪੁੱਛਿਆ ਸਹੇਲੀ ਵਾਂਗ ਸੁਣਾ ਕਿ ਦੋਸਤ ਵਾਂਗ ਸਹੇਲੀ ਵਾਂਗ ਸੁਣਨ ਦਾ ਅਰਥ ਹੈ ਹੁੰਗਾਰਾ ਦੇਣਾ ਸੁਣਨਾ ਕੋਈ ਸਲਾਹ ਨਹੀਂ ਦੇਣੀ ਬਸ ਸੁਣਨਾ ਦੋਸਤ ਵੰਗ ਸੁਣਨ ਦਾ ਅਰਥ ਹੈ ਸਮੱਸਿਆ ਨੂੰ ਹੱਲ ਕਰਨ ਚ ਸਹਿਯੋਗੀ ਹੋਣਾ ਦੱਸਣਾ ਕਿ ਤੂੰ ਠੀਕ ਸੋਚਦੀ ਹੈ ਕਿ ਨਹੀਂ ਸਮੱਸਿਆ ਹੋਣ ਦੀ ਸੂਰਤ ਵਿੱਚ ਸੋਚਣ ਵਾਸਤੇ ਪੁਰਸ਼ ਇਕਾਂਤ ਭਾਲਦਾ ਹੈ ਪੁਰਸ਼ ਚੁੱਪ ਕਰਕੇ ਸੋਚਦਾ ਹੈ ਅਸਲ 'ਚ ਉਹ ਆਪਣੇ ਆਪ ਨਾਲ ਵਰਤਾਲਾਪ ਕਰ ਰਿਹਾ ਹੁੰਦਾ ਹੈ ਇਸਤਰੀਆਂ ਸ਼ਿਕਾਇਤਾਂ ਬਹੁਤ ਕਰਦੀਆਂ ਹਨ ਇਤਰਾਜ਼ ਤਾਂ ਇਹ ਕਰਦੀਆਂ ਹੀ ਰਹਿੰਦੀਆਂ ਹਨ ਸ਼ਿਕਾਇਤ ਤੇ ਇਤਰਾਜ਼ ਇਸਤਰੀ ਵੱਲੋਂ ਧਿਆਨ ਖਿੱਚਣ ਦੇ ਪੈਂਤੜੇ ਹੁੰਦੇ ਹਨ ਇੱਕ ਪਤਨੀ ਨੇ ਪਤੀ ਨੂੰ ਕਿਹਾ ਕੁਝ ਕਰਕੇ ਵਿਖਾਓ ਪਹਾੜ ਚੜ ਗਿਆ ਕਿਸ਼ਤੀ ਦਾ ਮੁਕਾਬਲਾ ਜਿੱਤ ਗਿਆ ਫੁੱਟਬਾਲ ਦਾ ਚੈਂਪੀਅਨ ਬਣ ਗਿਆ ਪਰ ਪਤਨੀ ਫਿਰ ਵੀ ਛੱਡ ਗਈ ਕਿਉਂਕਿ ਉਹਦੀ ਸ਼ਿਕਾਇਤ ਸੀ ਕਿ ਇਹ ਤਾਂ ਆਪਣੀ ਖੇਡ ਨੂੰ ਹੀ ਪਿਆਰ ਕਰਦਾ ਹੈ ਜਿਸ ਕਾਰਨ ਕਈ ਕਈ ਦਿਨ ਘਰ ਹੀ ਨਹੀਂ ਆਉਂਦਾ ਇਸਤਰੀ ਦੇ ਸਰੀਰ ਵਿੱਚ ਹਾਰਮੋਨਲ ਉਥਲ-ਪੁਥਲ ਵਧੇਰੀ ਹੋਣ ਕਾਰਨ ਇਹਦੇ ਵਿਹਾਰ ਚਿਕ ਸੁਰਤਾ ਤੇ ਇਕਸਾਰਤਾ ਦੀ ਘਾਟ ਹੁੰਦੀ ਹੈ ਪੁਰਸ਼ ਜ਼ਿੱਦੀ ਅੜियल ਬਦਲੇਖੋਰ ਮੁਕਾਬਲੇਬਾਜ਼ਾਦ ਹੋਣ ਕਰਕੇ ਤੌਖਲਾ ਤੇ ਤਣਾਅ ਪੁਜਾਈ ਰੱਖਦੇ ਹਨ ਮਹੀਨੇ 'ਚ ਔਸਤਨ 5-6 ਰਾਤਾਂ ਪੁਰਸ਼ ਚਿੰਤਾ ਕਾਰਨ ਸੌ ਨਹੀਂ ਸਕਦੇ ਕਈ ਇਸਤਰੀਆਂ ਦਾ ਵਿਹਾਰ ਪੁਰਸ਼ਾਂ ਵਾਲਾ ਤੇ ਕਈ ਪੁਰਸ਼ਾਂ ਦਾ ਵਿਹਾਰ ਇਸਤਰੀਆਂ ਵਾਲਾ ਹੁੰਦਾ ਹੈ ਇਹ ਵੀ ਸਰੀਰਕ ਬਣਤਰ ਵਿੱਚ ਗਰਭ ਦੌਰਾਨ ਹੀ ਹਾਰਮੋਨ ਦੀ ਕਿਸਮ ਕਾਰਨ ਵਾਪਰਦਾ ਹੈ ਲਗਭਗ 10% ਲੜਕੀਆਂ ਵਿੱਚ ਪੁਰਸ਼ਾਂ ਵਾਲੇ ਲੱਛਣ ਹੁੰਦੇ ਹਨ ਇਨ੍ਹਾਂ ਲੜਕੀਆਂ ਦੀ ਗਣਿਤ, ਭੌਤਿਕ ਵਿਗਿਆਨ ਆਦਿ ਪੁਰਸ਼ਾਂ ਪੁਰਸ਼ ਖੇਤਰਾਂ 'ਚ ਦਿਲਚਸਪੀ ਹੁੰਦੀ ਹੈ। ਲਗਭਗ 15% ਪੁਰਸ਼ ਜਨਾਂ ਨੜੇ ਹੁੰਦੇ ਹਨ। ਇਹਨਾਂ ਦੀ ਦਿਲਚਸਪੀ ਸੰਗੀਤ, ਸੋਜ, ਲਿਬਾਸ, ਸਜਣ-ਫਬਣਾਦ, ਕਲਾਤਮਕ ਅਰਥਾਤ ਇਸਤਰੀ ਖੇਤਰਾਂ 'ਚ ਵਧੇਰੇ ਹੁੰਦੀ ਹੈ। ਮਹਿਲਾਵਾਂ ਗੱਲਬਾਤ ਦਾ ਅਸਿੱਧਾ ਢੰਗ ਵਰਤਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਪੁਰਸ਼ ਉਹਦੇ ਸੰਕੇਤਾਂ ਨੂੰ ਸਮਝੇ। ਜਿਹੜਾ ਨਹੀਂ ਸਮਝਦਾ ਉਹਨੂੰ ਮੂਰਖ ਜਾਂ ਪੱਥਰ ਕਹਿ ਕੇ ਰੱਦ ਕਰ ਦਿੰਦੀਆਂ ਹਨ। ਪੁਰਸ਼ਤੀ ਪੌਂਚ ਸਿੱਧੀ ਹੁੰਦੀ ਹੈ ਪਲੇਥਣ ਤੋਂ ਬਿਨਾ ਭੂਮਿਕਾ ਤੋਂ ਬਿਨਾ ਮੁੰਡੇ ਮੁਕਾਬਲਾ ਕਰਦੇ ਹਨ ਕੁੜੀਆਂ ਸਹਿਯੋਗ ਦਿੰਦੀਆਂ ਹਨ ਮੁੰਡੇ ਅਧਿਆਪਕਾਂ ਨੂੰ ਪ੍ਰਸ਼ਨ ਪੁੱਛ ਕੇ ਪਰੇਸ਼ਾਨ ਕਰਦੇ ਹਨ ਲੜਕੀਆਂ ਸਖੀ ਭਾਵਨਾ ਨਾਲ ਵਿਸ਼ਵਾਸ ਜਿੱਤਦੀਆਂ ਹਨ ਮਹਿਲਾਵਾਂ ਨਾਲ ਨਾਲ ਹੋ ਕੇ ਬੈਠਣਾ ਤੇ ਹੌਸਟਲ ਵਿੱਚ ਇੱਕ ਕਮਰੇ ਵਿੱਚ ਰਲ ਕੇ ਰਹਿਣਾ ਪਸੰਦ ਕਰਦੇ ਹਨ ਪੁਰਸ਼ ਵੱਖਰੇ ਵੱਖਰੇ ਹੋ ਕੇ ਬੈਠਦੇ ਹਨ ਤੇ ਉਹ ਹਾਸਟਲ 'ਚ ਵੱਖਰਾ ਕਮਰਾ ਪਸੰਦ ਕਰਦੇ ਹਨ। ਮਹਿਲਾਵਾਂ ਦੀ ਚਮੜੀ ਪਤਲੀ ਤੇ ਪਧਰੀ ਹੋਣ ਕਾਰਨ ਇਹਦਾ ਸ਼ਿੰਗਾਰ ਕਰਨਾ ਸੌਖਾ ਹੁੰਦਾ ਹੈ। ਪੁਰਸ਼ਾਂ ਦੀ ਚਮੜੀ ਸਖਤ ਹੁੰਦੀ ਹੈ ਰਿਛ ਜਾਂ ਮਗਰਮੱਛ ਦੀ ਚਮੜੀ ਵਾਂਗ। ਇਸਤਰੀਆਂ ਦੀ ਚਮੜੀ ਪਤਲੀ ਹੋਣ ਕਾਰਨ ਇਸ ਤੇ ਝੁਰੜੀਆਂ ਜਲਦੀ ਤੇ ਵਧੇਰੇ ਪੈਂਦੀਆਂ ਹਨ। ਪੁਰਸ਼ਾਂ ਦੀ ਪਿੱਠ ਇੰਨੀ ਸਖਤ ਹੁੰਦੀ ਹੈ ਕਿ ਉਹਨਾਂ ਨੂੰ ਕਈ ਵਾਰ ਪਿੱਠ ਦੀ ਛੱਟ ਦਾ ਪਤਾ ਹੀ ਨਹੀਂ ਲੱਗਦਾ। ਚਮੜੀ ਸਖਤ ਹੋਣ ਕਾਰਨ ਮਜ਼ਦੂਰ ਅਨਾਜ ਤੇ ਸਿਮਿੰਟ ਦੀਆਂ ਭਰੀਆਂ ਭਾਰੀ ਬੂਰੀਆਂ ਚੁੱਕ ਲੈਂਦੇ ਹਨ। ਪੁਰਸ਼ਾਂ ਨੂੰ ਕੌੜੀਆਂ ਤੇ ਲੂਣੀਆਂ ਚੀਜ਼ਾਂ ਦਾ ਅਨੁਭਵ ਵਧੇਰੇ ਹੁੰਦਾ ਹੈ ਜਿਸ ਕਾਰਨ ਕਾਫੀ, ਬੀਅਰ ਤੇ ਸ਼ਰਾਬ ਪੀ ਜਾਂਦੇ ਹਨ। 17 ਸਾਲ ਦੀ ਲੜਕੀ ਤ੍ਰੀਮਤ ਬਣ ਜਾਂਦੀ ਹੈ ਜਦ ਕਿ 17 ਸਾਲਾਂ ਦਾ ਲड़का ਅਜੇ ਮੁੰਡਾ ਹੀ ਹੁੰਦਾ ਹੈ। ਕੁੜੀਆਂ ਮੁੰਡਿਆਂ ਨਾਲੋਂ ਪਹਿਲਾਂ ਬੋਲਣਾ ਆਰੰਭ ਕਰਦੀਆਂ ਹਨ ਤੇ ਮੁੰਡਿਆਂ ਨਾਲੋਂ ਦੁੱਗਣਾ ਤਿੱਗਣਾ ਬੋਲਦੀਆਂ ਹਨ। ਕੁੜੀਆਂ ਭਾਵੁਕ ਹੁੰਦੀਆਂ ਹਨ ਇਸਤਰੀ-ਪੁਰਸ਼ ਦੀ ਛੋਹ ਨਾਲ ਨਰਮ ਹੋ ਕੇ ਪਿਗਲ ਜਾਂਦੀ ਹੈ ਜੇ ਪੁਰਸ਼ ਔਰਤ ਦਾ ਪਿਆਰ ਹੋ ਜਾਏ ਤਾਂ ਝਟ ਟਿੱਚ ਬਟਨ ਵਾਂਗ ਤਾਲ ਮੇਲ ਉਸਾਰ ਲੈਂਦੇ ਹਨ ਪਿਆਰ ਦਾ ਫੁੱਲ ਗੁਲਾਬ ਹੁੰਦਾ ਹੈ ਪਰ ਗੁਲਾਬ ਕੁਝ ਦਿਨ ਮਗਰੋਂ ਮੁਰਝਾ ਜਾਂਦਾ ਹੈ ਪਤੀ-ਪਤਨੀ ਦਾ ਰਿਸ਼ਤਾ ਹੋਰ ਕਾਰਨ ਜਿਵੇਂ ਬੰਧਨਾਂ ਤੇ ਜ਼ਿੰਮੇਵਾਰੀਆਂ ਕਰਕੇ ਚੱਲਦਾ ਰਹਿੰਦਾ ਹੈ ਬੱਚਿਆਂ ਲਈ ਇਸਤਰੀ ਦੀ ਛੋਹ ਬੜੀ ਮਹੱਤਵਪੂਰਨ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਮਾਵਾਂ ਦੀ ਛੋਹ ਨਹੀਂ ਮਿਲਦੀ ਉਹ ਹਿੰਸਕ ਤੇ ਨਿਰਦਈ ਹੋ ਜਾਂਦੇ ਹਨ ਕਈ ਔਰਤਾਂ ਆਪਣੇ ਬੱਚਿਆਂ ਨੂੰ ਘੱਟ ਛੋਂਦੀਆਂ ਹਨ ਪਰ ਪਾਲੇ ਕੁੱਤਿਆਂ ਨੂੰ ਵੱਧ ਛੋਂਦੀਆਂ ਹਨ ਅਜਿਹੀਆਂ ਮਾਵਾਂ ਦੇ ਬੱਚੇ ਰੱਦ ਹੋਣ ਦੇ ਅਹਿਸਾਸ ਕਾਰਨ ਅਪਰਾਧਿਕ ਵਿਰਤੀ ਵਾਲੇ ਹੋ ਨਿਬੜਦੇ ਹਨ ਪੁਰਸ਼ਾਂ ਦਾ ਬਹੁਤਾ ਧਿਆਨ ਮਿੱਥੇ ਨਿਸ਼ਾਨੇ ਪੂਰੇ ਕਰਨ ਹੋਰਾਂ ਤੋਂ ਅੱਗੇ ਲੰਘਣ ਆਗੂ ਬਣਨ ਤੇ ਆਪਣਾ ਮਹੱਤਵ ਸਥਾਪਿਤ ਕਰਨ ਤੇ ਹੁੰਦਾ ਹੈ ਕਤਕੇ ਇਸਤਰੀਆਂ ਦਾ ਮੁੱਖ ਕੰਮ ਸੋਹਣੇ ਬਣਨਾ ਤੇ ਪੁਰਸ਼ਾਂ ਦੀ ਤਾਂਗ ਬਣਨਾ ਤੇ ਬਣੇ ਰਹਿਣਾ ਹੁੰਦਾ ਹੈ। ਇਸਤਰੀਆਂ ਆਪਣੀਆਂ ਗਲਤੀਆਂ ਮੰਨਣ ਤੋਂ ਨਹੀਂ ਝਿਜਕਦੀਆਂ। ਆਪਣੀਆਂ ਗਲਤੀਆਂ ਮੰਨ ਕੇ ਇਹ ਹੋਰਾਂ ਦਾ ਵਿਸ਼ਵਾਸ ਜਿੱਤ ਕੇ ਉਹਨਾਂ ਦੇ ਨੇੜੇ ਹੋ ਜਾਂਦੀਆਂ। ਪੁਰਸ਼ ਆਪਣੀ ਗਲਤੀ ਨਹੀਂ ਮੰਨਦੇ ਤੇ ਕਈ ਵਾਰੀ ਰਿਸ਼ਤਾ ਤੇ ਕਈ ਵਾਰੀ ਰਿਸ਼ਤੇਦਾਰੀ ਤੋੜ ਦਿੰਦੇ ਹਨ। ਮੁੰਡੇ ਉੱਛਲਦੇ ਹਨ। ਪਹਿਲਵਾਨੀ ਕਰਦੇ ਹਨ। ਟੈਂਕਾਂ ਤੇ ਹਵਾਈ ਜਹਾਜ਼ਾਂ ਵਾਲੀਆਂ ਹਰਕਤਾਂ ਕਰਦੇ ਹਨ। ਕੁੜੀਆਂ ਆਪਸ ਵਿੱਚ ਦੱਸਦੀਆਂ ਹਨ ਕਿ ਕਿਹੜੇ ਮੁੰਡੇ ਚੰਗੇ ਹਨ ਤੇ ਕਿਹੜੇ ਬਤਮੀਜ਼ ਹਨ ਤੇ ਕਿਹੜੇ ਦੇ ਕੌਣ ਦੋਸਤ ਹਨ ਲੜਕੀਆਂ ਪਹਿਲਵਾਨੀ ਨਹੀਂ ਕਰਦੀਆਂ ਪਰ ਸ਼ੀਸ਼ੇ ਸਾਹਮਣੇ ਤਿਆਰ ਹੋ ਕੇ ਆਪਣੇ ਆਪ ਨੂੰ ਵੇਖਣ 'ਚ ਬਥੇਰੇ ਸਮਾਂ ਗੁਜ਼ਾਰਦੀਆਂ ਹਨ ਮੁੰਡਿਆਂ ਨੂੰ ਮੋਟਰਸਾਈਕਲ ਕਾਰਾਂ ਟੈਲੀਫੋਨ ਤੇ ਯੰਤਰ ਖਿੱਚ ਪਾਉਂਦੇ ਹਨ ਜਿਨ੍ਹਾਂ ਨੂੰ ਵਰਤ ਕੇ ਸ਼ਕਤੀਸ਼ਾਲੀ ਮਹਿਸੂਸ ਕਰਦੇ ਹਨ ਕੁੜੀਆਂ ਦੀ ਸੱਜ ਸਜਾਵਟ ਕੱਪੜਿਆਂ ਤੇ ਨਿੱਕੀਆਂ ਨਿੱਕੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ 'ਚ ਉਹਦੇਰੇ ਦਿਲਚਸਪੀ ਹੁੰਦੀ ਹੈ। ਕੁੜੀਆਂ ਦੇ ਕੰਨ, ਅੱਖਾਂ, ਨੱਕ ਆਦ ਕਾਰਜ ਕਰਨ ਦੇ ਪੱਖੋਂ ਤਿੱਖੇ ਹੁੰਦੇ ਹਨ। ਇਹਨਾਂ ਦੀ ਸੁੰਘਣ, ਸੁਣਨ ਤੇ ਵੇਖਣ ਦੀ ਯੋਗਤਾ ਵਧੇਰੇ ਹੁੰਦੀ ਹੈ। ਲੜਕੀਆਂ ਯੰਤਰਾਂ 'ਚ ਨਹੀਂ ਗਹਿਣਿਆਂ, ਕੱਪੜਿਆਂ ਤੇ ਲੋਕਾਂ 'ਚ ਦਿਲਚਸਪੀ ਲੈਂਦੀਆਂ ਹਨ। ਇਹ ਨਵੀਆਂ ਲੜਕੀਆਂ ਨੂੰ ਝਟ ਪ੍ਰਵਾਨ ਕਰ ਲੈਂਦੀਆਂ ਹਨ। ਮੁੰਡਿਆਂ 'ਚ ਪਹਿਲਾਂ ਹੀ ਦਰਜੇਬੰਦੀ ਹੁੰਦੀ ਹੈ। ਇਹ ਲਾਪਕਾਰੀ ਸਿੱਧੋਂ ਵਾਲੇ ਲੜਕੇ ਨੂੰ ਹੀ ਪਰਵਾਨ ਕਰਦੇ ਹਨ ਪਰ ਉਹਨੂੰ ਆਗੂ ਵਜੋਂ ਪਰਵਾਨ ਨਹੀਂ ਕਰਦੇ ਕੁੜੀਆਂ ਹੋਰਾਂ ਦੀਆਂ ਗੱਲਾਂ ਕਰਕੇ ਆਪਸ ਵਿੱਚ ਨੇੜੇ ਹੋ ਜਾਂਦੀਆਂ ਹਨ ਮੁੰਡੇ ਹੋਰਾਂ ਨਾਲ ਰਲ ਕੇ ਕੁੜੀਆਂ ਦਾ ਪਿੱਛਾ ਕਰਦੇ ਹਨ ਲੜਕੀਆਂ ਪ੍ਰਤੀ ਮੁੰਡੇ ਸ਼ਿਕਾਰੀ ਬਿਰਤੀ ਅਪਣਾਉਂਦੀਆਂ ਹਨ ਜਦ ਕਿ ਕੁੜੀਆਂ ਮੁੰਡਿਆਂ ਪ੍ਰਤੀ ਮੱਛੀ ਫੜਨ ਵਾਲਾ ਢੰਗ ਵਰਤਦੀਆਂ ਹਨ ਪੁਰਸ਼ ਲੰਮਾ ਵਾਅਦਾ ਕਰਨ ਤੋਂ ਡਰਦੇ ਹਨ ਇਸਤਰੀ ਸੱਤ ਜਨਮਾਂ ਤੱਕ ਪਤਨੀ ਬਣੇ ਰਹਿਣ ਦੀਆਂ ਗੱਲਾਂ ਕਰਦੀ ਹੈ ਪਤਨੀ ਮਾਂ ਤੇ ਨੌਕਰਾਨੀ ਦਾ ਵਿਚਕਾਰਲਾ ਰੂਪ ਹੁੰਦੀ ਹੈ ਜਦਕਿ ਪਤੀ ਮਾਲਕ ਤੇ ਨੌਕਰ ਦਾ ਸਾਂਝਾ ਰੂਪ ਹੁੰਦਾ ਹੈ ਵਿਆਹੀ ਪੁਰਸ਼ ਲੰਮਾ ਜੀਵਨ ਜਿਉਂਦੇ ਹਨ ਕੁਵਾਰੀਆਂ ਜਾਂ ਇਕਲੀਆਂ ਇਸਤਰੀਆਂ ਮਰਦੀਆਂ ਹੀ ਨਹੀਂ ਜਿਉਂ ਜਿਉਂ ਉਮਰ ਵੱਧਦੀ ਹੈ ਤਿਉਂ ਤੋਂ ਪਤੀ ਦੀ ਬੇਵਫਾਈ ਕਾਰਨ ਪਤਨੀ ਵੱਲੋਂ ਪਤੀ ਨੂੰ ਛੱਡਣ ਦੀ ਸੰਭਾਵਨਾ ਘਟਦੀ ਜਾਂਦੀ ਹੈ ਵਿਆਹਿਆ ਪੁਰਸ਼ ਬਿਨਾਂ ਦੰਦਾਂ ਵਾਲਾ ਸ਼ੇਰ ਹੁੰਦਾ ਹੈ ਜਿੱਥੇ ਪਤੀ ਪਤਨੀ ਚ ਕੋਈ ਵੱਖਰੇਵਾਂ ਹੀ ਨਾ ਹੋਵੇ ਉੱਥੇ ਰਿਸ਼ਤਾ ਅਕਾਊ ਹੋ ਜਾਂਦਾ ਹੈ ਗੰਭੀਰ ਪਤੀ ਨਾਲ ਚੁਲਬਲੀ ਪਤਨੀ ਤੇ ਚਿੰਤਾਮਈ ਪਤਨੀ ਨਾਲ ਹਸਮੁਖ ਪਤੀ ਜੀਵਨ ਨੂੰ ਵਧੇਰੇ ਮਾਣਦੇ ਹਨ ਵੱਖਰੇਵੇਂ ਉਦੋਂ ਸਾਹਮਣੇ ਆਉਂਦੇ ਹਨ ਜਦੋਂ ਭਾਵਨਾ ਦਾ ਬੁਖਾਰ ਲੈ ਜਾਂਦਾ ਹੈ ਪਹਿਲਾਂ ਪਤਨੀ ਪਤੀ ਦੇ ਭੋਲੇਪਨ ਤੇ ਹੱਸਦੀ ਹੈ ਫਿਰ ਉਹੀ ਭੋਲਾਪਨ ਉਹਨੂੰ ਲੋਲਾ ਬਣ ਲੱਗਦਾ ਹੈ ਜੇ ਪਤਨੀ ਨੂੰ ਪਤੀ ਦੇ ਨਜਾਇਜ਼ ਬੰਦਾਂ ਦਾ ਪਤਾ ਲੱਗਦਾ ਹੈ ਉਹ ਪੁੱਛਦੀ ਹੈ ਕਿ ਤੁਸੀਂ ਉਸ ਔਰਤ ਨੂੰ ਪਿਆਰ ਵੀ ਕਰਦੇ ਹੋ ਪੁਰਸ਼ ਕਹੇਗਾ ਕੇਵਲ ਸਰੀਰਕ ਸਬੰਧ ਹਨ ਉਹ ਸੱਚ ਬੋਲ ਰਿਹਾ ਹੁੰਦਾ ਹੈ ਕਿਉਂਕਿ ਪੁਰਸ਼ਾਂ ਵਿੱਚ ਪਿਆਰ ਤੇ ਕਾਮ ਦੇ ਖਾਨੇ ਵੱਖਰੇ ਹੁੰਦੇ ਹਨ ਪਰ ਇਸਤਰੀ ਵਿੱਚ ਕਾਮ ਤੇ ਪਿਆਰ ਇੱਕ ਹੀ ਚੀਜ਼ ਹੁੰਦੀ ਹੈ ਅਨੇਕਾਂ ਵੱਖਰੇਵੇਂਆਂ ਦੇ ਬਾਵਜੂਦ ਜੇ ਇਸਤਰੀਆਂ ਤੇ ਪੁਰਸ਼ ਪਤੀ ਪਤਨੀਆਂ ਵੱਜੋਂ ਇਕੱਠੇ ਰਹਿੰਦੇ ਹਨ ਤਾਂ ਇਹ ਅਕਸਰ ਇਸਤਰੀਆਂ ਦੀ ਯਤਨਾਂ ਤੇ ਯੋਗਦਾਨ ਕਾਰਨ ਸੰਭਵ ਹੁੰਦਾ ਹੈ And what?